ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ ਤੇ ਤੇ ਅੱਜ ਆਪਾਂ ਫੇਰ ਹਾਜ਼ਰਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਇਹ ਡਿਜ਼ਾਈਨ ਸਪੈਸ਼ਲ ਲੇਡੀਜ਼ ਕੋਟੀ ਜੈਕਟ ਸਵੈਟਰ ਲਈ ਆ ਤੇ ਕੁੜੀਆਂ ਦੀ ਸਕੀ ਵੀ ਟੌਪ ਲਈ ਆ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਡਿਜ਼ਾਈਨ ਬਣਾਉਣ ਲਈ ਆਪਾਂ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਔਰ 4 ਸਲਾਈਆਂ ਦਾ ਡਿਜ਼ਾਈਨ ਆ 8 ਸਲਾਈਆਂ ਦੇ ਵਿੱਚ ਕੰਪਲੀਟ ਹੋਊਗਾ 4 ਸਲਾਈਆਂ ਦੇ ਵਿੱਚ ਆਪਣਾ ਅੱਧਾ ਡਿਜ਼ਾਈਨ ਬਣਦਾ ਅਗਲਾ ਅੱਧਾ ਡਿਜ਼ਾਈਨ ਆਪਣਾ ਦੂਜੀਆਂ 4 ਸਲਾਈਆਂ ਦੇ ਵਿੱਚ ਬਣੂਗਾ ਔਰ 8 ਸਲਾਈਆਂ ਦੇ ਵਿੱਚ ਬਣਨ ਵਾਲਾ ਇਹ ਡਿਜ਼ਾਈਨ ਆ ਬਹੁਤ ਪਿਆਰਾ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਹਰ ਕੋਈ ਇਹਨੂੰ ਬੜੀ ਆਸਾਨੀ ਨਾਲ ਬਣਾ ਲੂਗਾ ਕਿਸੇ ਵੀ ਰੰਗ ਦੇ ਉੱਪਰ ਆਪਾਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਬਲੈਕ ਦੇ ਉੱਪਰ ਵਾਈਟ ਦੇ ਉੱਪਰ ਜਾਂ ਕਿਸੇ ਵੀ ਤਰ੍ਹਾਂ ਦੇ ਕਲਰ ਦੇ ਉੱਪਰ ਇਹ ਬਣਿਆ ਬਹੁਤ ਸੋਹਣਾ ਲੱਗੂਗਾ ਤੇ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਜਿਹੜੀਆਂ ਬੇਸਿਕ ਰੋ ਆ ਇਹ ਜ਼ਰੂਰ ਬਣਾਉਣ ਇੱਕ ਸਲਾਈ ਸਿੱਧੀ ਇੱਕ ਉਲਟੀ ਇੱਥੇ ਮੈਂ ਬਣਾ ਲਿਆ ਨੇ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਪਹਿਲਾ ਕੁੰਡਾ ਜੇਕਰ ਤੁਸੀਂ ਬੁਣਦੇ ਹੋ ਤਾਂ ਬੁਣ ਲਵੋ ਆਪਾਂ ਇੱਥੇ ਬਿਨਾਂ ਬੁਣੇ ਉਤਾਰਾਂਗੇ ਔਰ ਸ਼ੁਰੂ ਦੇ ਵਿੱਚ ਹੀ ਇੱਕ ਔਰ ਦੋ ਦੋ ਧਾਗੇ ਛੱਡ ਕੇ ਇੱਥੋਂ ਆਪਾਂ ਇੱਕ ਕੁੰਡਾ ਬਣਾ ਲੈਣਾ ਐਸਟਰ ਅਗਲੇ ਆਪਾਂ ਦੋ ਕੁੰਡੇ ਸਿੱਧੇ ਬੁਣਨੇ ਨੇ ਇੱਕ ਦੋ ਫੇਰ ਇੱਥੇ ਦੋ ਧਾਗੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਚੱਕ ਲੈਣਾ ਅਗਲੇ ਦੋ ਕੁੰਡੇ ਸਿੱਧੇ ਫੇਰ सेम ਉਸੇ ਤਰ੍ਹਾਂ ਹੀ ਪਹਿਲਾ ਧਾਗਾ ਛੱਡਣਾ ਦੂਜਾ ਇੱਥੋਂ ਆਪਾਂ ਕੁੰਡਾ ਚੱਕ ਲੈਣਾ ਦੋ ਦੋ ਕੁੰਡੇ ਆਪਾਂ ਸਿੱਧੇ ਬੁਣਦੇ ਜਾਣਾ ਔਰ ਦੋ ਕੁੰਡਿਆਂ ਬਾਅਦ ਆਪਾਂ ਇੱਕ ਕੁੰਡਾ ਚੱਕਦੇ ਜਾਣਾ ਇਸ ਤਰ੍ਹਾਂ बहुत सौखा डिजाइन है जी बनया बहुत प्यारा लगेगा दो कुंडे सीधे अगले दो कुंडे सीधे ਦੋ ਕੁੰਡੇ ਸਿੱਧੇ ਔਰ ਲਾਸਟ ਦੇ ਵਿੱਚ ਵੀ ਆਪਾਂ ਇੱਥੇ ਦੋ ਧਾਗੇ ਛੱਡ ਕੇ ਇੱਥੇ ਇੱਕ ਕੁੰਡਾ ਚੱਕਣਾ ਐਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਮੋੜ ਲੈਣਾ ਹੁਣ ਆਗੇ ਆਪਾਂ ਬੈਕ ਸਾਈਡ ਦੂਜੀ ਸਲਾਈ ਇਹ ਡਿਜ਼ਾਈਨ ਦੀ ਪਹਿਲਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਲੈਣਾ ਉਸ ਤੋਂ ਬਾਅਦ ਜਿਹੜਾ ਆਪਾਂ ਕੁੰਡਾ ਚੱਕਿਆ ਇਹਨੂੰ ਬੁਣਨਾ ਨਹੀਂ ਇਸੇ ਤਰ੍ਹਾਂ ਹੀ ਉਤਾਰ ਲੈਣਾ ਦੋ ਕੁੰਡੇ ਉਲਟੇ ਫਿਰ ਇੱਕ ਕੁੰਡਾ ਸੇਮ ਉਸੇ ਤਰ੍ਹਾਂ ਉਤਾਰ ਲੈਣਾ ਦੋ ਕੁੰਡੇ ਉਲਟੇ ਫਿਰ ਇੱਕ ਕੁੰਡਾ ਉਸੇ ਤਰ੍ਹਾਂ ਹੀ ਉਤਾਰ ਲੈਣਾ ਦੋ ਕੁੰਡੇ ਉਲਟੇ ਜਿਹੜਾ ਆਪਾਂ ਧਾਗਾ ਚੱਕਿਆ ਉਹਨੂੰ ਆਪਾਂ ਬੁਣਨਾ ਨਹੀਂ ਇਸੇ ਤਰ੍ਹਾਂ ਹੀ ਉਤਾਰਦੇ ਜਾਣਾ ਇਹ ਕੁੰਡਾ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਧਾਗਾ ਪਿੱਛੇ ਕਰਕੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਲਾਂਗੇ ਦੋ ਸਲਾਈਆਂ ਬਣਾ ਲਿਆ ਨੇ ਆਪਾਂ ਡਿਜ਼ਾਈਨ ਦੀਆਂ ਹੁਣ ਆਗੇ ਆਪਾਂ ਤੀਜੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰੇ ਆਪਾਂ ਧਾਗਾ ਪਿੱਛੇ ਕਰ ਲੈਣਾ ਇੱਥੇ ਹੁਣ ਆਪਣੇ ਚਾਰ ਕੁੰਡੇ ਨੇ ਦੋ ਕੁੰਡੇ ਜਿਹੜੇ ਆਪਾਂ ਬੁਣੇ ਸੀ ਔਰ ਦੋ ਜਿਹੜੇ ਆਪਾਂ ਚੱਕੇ ਸੀਗੇ ਸਾਈਡ ਤੋਂ ਇਹਨਾਂ ਨੂੰ ਆਪਾਂ ਚਾਰਾਂ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠੇ ਬੁਣਨਾ ਇਹਨਾਂ ਨੂੰ ਫਿਰ ਆਪਾਂ ਸਲਾਈ ਤੋਂ ਉਤਾਰਨਾ ਨਹੀਂ ਹੈਗਾ ਇਹਨਾਂ ਚਾਰਾਂ ਕੁੰਡਿਆਂ ਨੂੰ ਇੱਕ ਵਾਰੀ ਆਪਾਂ ਇਧਰਲੀ ਸਾਈਡ ਤੋਂ ਦੀ ਬੁਣਨਾ ਅੱਗੇੋਂ ਦੀ ਸਲਾਈ ਪਾ ਕੇ ਬੁਣ ਲੈਣਾ ਐਸ ਤਰ੍ਹਾਂ ਅਗਲੇ ਫੇਰ ਆਪਣੇ ਦੋ ਕੁੰਡੇ ਸਿੱਧੇ ਆ ਜਾਣੇ ਨੇ। ਔਰ ਆ ਜਿਹੜੇ ਚਾਰ ਕੁੰਡੇ ਨੇ। ਇਹਨਾਂ ਨੂੰ ਆਪਾਂ ਇਕੱਠੇ ਬੁਣਨਾ ਬੈਕ ਲੂਪ ਤੋਂ। ਇਹਨਾਂ ਨੂੰ ਉਤਾਰਨਾ ਨਹੀਂ ਸਲਾਈ ਤੋਂ ਇੱਕ ਵਾਰੀ ਆਪਾਂ ਅੱਗੋਂ ਦੀ ਸਲਾਈ ਪਾ ਕੇ ਇਹਨਾਂ ਨੂੰ ਬੁਣ ਲੈਣਾ। ਐਸ ਤਰ੍ਹਾਂ। ਅਗਲੇ ਫੇਰ ਆਪਣੇ ਦੋ ਕੁੰਡੇ ਸਿੱਤੇ। ਚਾਰਾਂ ਕੁੰਡਿਆਂ ਨੂੰ ਬੈਕ ਲੂਪ ਤੋਂ ਬੰਨਣਾ ਪਹਿਲਾਂ ਔਰ ਫਿਰ ਅੱਗੋਂ ਤੋਂ ਇਹ ਹੈ ਸੋਖਾ ਡਿਜ਼ਾਈਨ ਹੈ ਜੀ ਬਣਿਆ ਬਹੁਤ ਪਿਆਰਾ ਲੱਗਦਾ ਹੈਗਾ ਤੇ ਬਣਾਉਣਾ ਵੀ ਦੇਖੋ ਕਿੰਨਾ ਆਸਾਨ ਹੈ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਆ ਜਾਊਗਾ ਚੌਥੀ ਸਲਾਈ ਹੈ ਬੈਕ ਸਾਈਡ ਦੀ ਪੂਰੀ ਉਲਟੀ ਬੈਕ ਸਾਈਡ ਦੀਆਂ ਸਾਰੀਆਂ ਸਲਾਈਆਂ ਇਹਦੇ ਚੁਲਟੀਆਂ ਬਣਨ ਗਈਆਂ ਲਾਸਟ ਵਾਲਾ ਕੁੰਡਾ ਸਿੱਧਾ ਦੇਖੋ ਜੀ ਡਿਜ਼ਾਈਨ ਇਹ ਆਪਣਾ ਬਣਨ ਲੱਗ ਗਿਆ ਹੁਣ ਆਗੇ ਆਪਾਂ 5ਵੀਂ ਸਲਾਈ ਤੇ 5ਵੀਂ ਸਲਾਈ ਹੁਣ ਦੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਸਿੱਧੇ ਪਾਸੇ ਪਹਿਲਾ ਕੁੰਡਾ ਬਿਨਾ ਬੁਨੇ ਉਤਾਰੇ ਹੁਣ ਇੱਥੇ ਆਪਾਂ ਦੋ ਕੁੰਡੇ ਸਿੱਧੇ ਬੁਣਾਂਗੇ 1 2 ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਸੇਮ ਉਸੇ ਤਰ੍ਹਾਂ ਹੀ ਆਪਾਂ ਇੱਕ ਦੋ ਧਾਗੇ ਛੱਡ ਕੇ ਇੱਕ ਕੁੰਡਾ ਬਣਾਉਣਾ ਅਗਲੇ ਦੋ ਕੁੰਡੇ ਸਿੱਧੇ ਫੇਰ ਦੋ ਧਾਗੇ ਛੱਡ ਕੇ ਇੱਕ ਕੁੰਡਾ ਬਣਾ ਲੈਣਾ ਪਹਿਲੀ ਸਲਾਈ ਦੇ ਵਿੱਚ ਆਪਾਂ ਸ਼ੁਰੂ ਦੇ ਵਿੱਚ ਹੀ ਆਪਾਂ ਇੱਕ ਧਾਗਾ ਬਣਾਇਆ ਸੀਗਾ ਕੁੰਡਾ ਬਣਾਇਆ ਸੀ ਤੇ ਹੁਣ ਇਥੇ ਇਹ ਆਪਣੇ ਕੁੰਡੇ ਚੇਂਜ ਹੋ ਗਏ ਨੇ ਆਹ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣ ਲੈਣੇ ਨੇ

ਦੋ ਕੁੰਡੇ ਉਲਟੇ ਇੱਕ ਕੁੰਡੇ ਨੂੰ ਬਿਨਾ ਬੁਨੇ ਉਤਾਰ ਲੈਣਾ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਸੱਤਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਪਹਿਲਾ ਕੁੰਡਾ ਬਿਨਾ ਬੁਨੇ ਉਤਾਰੇ ਆਪਾਂ ਹੁਣ ਇੱਥੇ ਦੋ ਕੁੰਡੇ ਬਣਾਵਾਂਗੇ ਪਹਿਲਾਂ ਸਿੱਧੇ ਫੇਰ ਧਾਗਾ ਪਿੱਛੇ ਹੀ ਰਹਿਣਾ ਆਹ ਵਾਲੇ ਜਿਹੜੇ ਚਾਰੇ ਕੁੰਡੇ ਆ ਇਹਨਾਂ ਨੂੰ ਬੈਕ ਲੂਪ ਤੋਂ ਇਕੱਠੇ ਬੁਣਨਾ ਫੇਰ ਇਸ ਤਰ੍ਹਾਂ ਅੱਗੋਂ ਤੋਂ ਅਗਲੇ ਫੇਰ ਦੋ ਕੁੰਡੇ ਸਿੱਧੇ ਔਰ ਚਾਰਾਂ ਕੁੰਡਿਆਂ ਨੂੰ ਇਕੱਠੇ ਬੁਣਨਾ ਇਹ ਆਪਣੇ 2 ਦੇ 2 ਗੁੰਡੇ ਰਹਿ ਜਾਂਦੇ ਨੇ ਅਗਲੇ ਫਿਰ 2 ਗੁੰਡੇ ਸਿੱਧੇ ਔਰ ਚਾਰਾਂ ਗੁੰਡਿਆਂ ਨੂੰ ਇਕੱਠੇ ਬੁਣ ਲੈਣਾ ਲਾਸਟ ਵਾਲੇ 3 ਗੁੰਡੇ ਸਿੱਧੇ ਔਰ 8ਵੀਂ ਸਲਾਈ ਜਿਹੜੀ ਬੈਕ ਸਾਈਡ ਦੀ ਇਹ ਪੂਰੀ ਉਲਟੀ ਜਾਊਗੀ ਦੇ ਲਓ ਜੀ ਡਿਜ਼ਾਈਨ ਇਹ ਦੇਖੋ ਆਪਣਾ ਬਣ ਕੇ ਤਿਆਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਦੇਖੋ ਬਣਿਆ ਕਿੰਨਾ ਸੋਹਣਾ ਲੱਗਦਾ ਹੈਗਾ ਮੀਡ ਕਰਦੇ ਹਾਂ ਤੁਸੀਂ ਇਸ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ